بسم اللہ الرحمن الرحیم یاک نبودو ویاک نستین السلام علیکم جی اللہ دے فضل نال اللہ دے کرم نال امید ہے تسی وی خیروخری اتنا ہوں گے اللہ تعالی تانوں بیماریاں تو پریشانیاں تو محفوظ رکھے آمین تسی دیکھ دے اپنا یوٹیوب چینل ایگری کھانے وال میں ہوں محمد عمران ہاں جی جی بھائی جی کوشش تانوں اج اج اپا بیک پا دا وزٹ ਕਰਾਵਾਂਗੇ ਵਿਜ਼ਿਟ ਕੀ ਕਰਾਵਾਂਗੇ ਦਿਖਾਵਾਂਗੇ ਵੀ ਦੇਸੀ ਵਲੋਗ ਤੇ ਦੇਸੀ ਮਾਹੌਲ ਤੇ ਦੇਸੀ ਵੀਡੀਓ ਉਹ ਹੀ ਤੁਹਾਨੂੰ ਦਿਖਾਵਾਂਗੇ ਤੇ ਕੁਛ ਆਪਾਂ ਜਿਹੜਾ ਕੰਮ ਕਰਦੇ ਪਿਆ ਆ ਉਹ ਦਿਖਾਵਾਂਗੇ ਆਪਾਂ ਆਪਣੇ ਖੇਤਾਂ ਦੇ ਵਿੱਚ ਜਾਂ ਵੀ ਖੇਤਾਂ ਦੇ ਵਿੱਚ ਆਏ ਹੋਏ ਆ ਤੇ ਕੋਈ ਆਪਾਂ ਜਵਾਰ ਬੀਜੀ ਸੀ ਕੱਲ ਬੀਜੀ ਸੀ ਤੇ ਲੇਕਿਨ ਆਪਾਂ ਉਹਦੀ ਵੀਡੀਓ ਨਹੀਂ ਬਣਾ ਸਕੇ ਤੇ ਮੈਂ ਕਿਹਾ ਮੈਂ ਆਪਣੇ ਭਾਈ ਹੁਣਿਆਂ ਨੂੰ ਅੱਜ ਯਾਨੀ ਕਿ ਆਪਾਂ ਕੋਈ ਬੰਨੇ ਬੁੰਨੇ ਬਣਾਉਣੇ ਆ ਉਹਦਾ ਤੁਹਾਨੂੰ ਇਹਨਾਂ ਦਿਖਾਉਣੇ ਆ ਅੱਛਾ ਕੱਲ ਆਪਣਾ ਵੀ ਚਰੀ ਤੇ ਬਿਜਲੀ ਸੀਗੀ ਤੇ ਬੱਤਰ ਤਾਂ ਮਾਸ਼ਾਅੱਲਾ ਵੀ ਠੀਕ ਸੀਗਾ ਬੀਜੀ ਵੀ ਹਲਾਂ ਤੇ ਹੀ ਆ ਚਰੀ ਵੀ ਕਿਹਾ ਜਾਂਦਾ ਤੇ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਜਵਾਰ ਵੀ ਕਿਹਾ ਜਾਂਦਾ ਉਹ ਬਿਜਲੀ ਤੇ ਬੰਨੇ ਰਹਿੰਦੇ ਸੀ ਕੋਈ ਬਣਾਉਣ ਵਾਲੇ ਵੀ ਖਿੱਚਣ ਵਾਲੇ ਵੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਤੇ ਬਣਾਉਣ ਵਾਲੇ ਵੀ ਕਿਹਾ ਜਾਂਦਾ ਤੇ ਖਿੱਚਣ ਵਾਲੇ ਵੀ ਤੇ ਇਸੇ ਤਰੀਕੇ ਦੇ ਸਾਬ ਨਾਲ ਹੀ ਉਹ ਹੀ ਅੱਜ ਆਪ ਕਰਦੇ ਪੈਆਂ ਉਹ ਕੁਝ ਤੁਹਾਨੂੰ ਦਿਖਾਉਣੇ ਤੇ ਕੁਝ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਗੰਦ ਵਾਲੀ ਸਪਰੇ ਮਾਰੀ ਸੀਗੀ ਕਿ ਗੰਦ ਸੁੱਕਣ ਤੋਂ ਉਹ ਵੀ ਤੁਹਾਨੂੰ ਦੱਸਿਆ ਸੀਗਾ ਕਿ ਜਿੱਦਣ ਇਹ ਸੁੱਕੂਗਾ ਉਹ ਵੀ ਤੁਹਾਨੂੰ ਵੀ ਦਿਖਾਵਾਂਗੇ ਆਓ ਚੱਲਦੇ ਪਹਿਲੇ ਤੁਹਾਨੂੰ ਵੀ ਗੰਦ ਦਿਖਾ ਕੇ ਲਿਓ ਨਾ ਵੀ ਸੁੱਕਿਆ ਜਾਂ ਨਹੀਂ ਸੁੱਕਿਆ ਹਾਂਜੀ ਜੀ ਮੇਰੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜੀ ਵੀਰ ਹੁਣੀ ਹੋ ਗਿਆ ਚੜ੍ਹਦੇ ਪੰਜਾਬ ਵਾਲੇ ਸਰਦਾਰ ਜੀ ਵੀਰ ਹੁਣਿਆਂ ਨੂੰ ਸਲਾਮ ਹੋ ਗਿਆ ਸਸਰੀ ਕਾਲ ਹੋ ਗਿਆ ਆਈ ਲਵ ਯੂ ਹੋ ਗਿਆ ਚੜ੍ਹਦੇ ਪੰਜਾਬ ਵਾਲਿਆਂ ਨੇ ਕੁਝ ਆਪਣੀਆਂ ਜਿਆਦੀਆਂ ਮੁਹੱਬਤਾਂ ਇਸ ਵਾਸਤੇ ਬਾਈ ਜੀ ਆਪਾਂ ਚੜ੍ਹਦੇ ਪੰਜਾਬ ਵਾਲਿਆਂ ਦਾ ਬਾਰ ਬਾਰ ਹਰ ਵੀਡੀਓ ਦੇ ਵਿੱਚ ਜ਼ਿਕਰ ਕਰੀਦਾ ਲੈਂਦੇ ਪੰਜਾਬ ਵਾਲਿਆਂ ਦੀ ਗੱਲ ਕਰਾਂ ਤੇ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਇਹਨਾਂ ਨਾਲ ਵੀ ਜਿਆਦੀਆਂ ਮੁਹੱਬਤਾਂ ਇਹਨਾਂ ਨਾਲ ਵੀ ਪਿਆਰ ਆ ਮੁਹੱਬਤਾਂ ਆ ਇਹਨਾਂ ਦਾ ਪਿਆਰ ਆਪਣੇ ਨਾਲ ਆਪਣਾ ਪਿਆਰ ਇਹਨਾਂ ਨਾਲ ਭਾਈ ਹੁਣਾਂ ਦਾ ਆਪਾਂ ਸ਼ੁਕਰੀਆ ਦਾ ਕਰਦੇ ਆਂ ਭਾਈ ਹੁਣੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਯਾਨੀ ਕਿ ਜਿੱਥੋਂ-ਜਿੱਥੋਂ ਦੇ ਭਾਈ ਹੁਣੀ ਹੁੰਦੇ ਉੱਥੋਂ ਹੁੰਦੇ ਆਪਾਂ ਨੂੰ ਕਮੈਂਟ ਕਰਦੇ ਆ ਯੋਰ ਵਾਲੇ ਹੋਗੇ ਕੈਨੇਡਾ ਵਾਲੇ ਹੋਗੇ ਵਾਲੇ ਹੋਗਾ ਤੁਰਕੀ ਵਾਲੇ ਹੋਗਾ ਦੁਬਈ ਵਾਲੇ ਸਾਊਦੀਆ ਵਾਲੇ ਤੇ ਭਾਵਾਂ ਭਾਈ ਜੀ ਚੈਨਾ ਵਾਲੇ ਹੋਗਾ ਭਾਈ ਜੀ ਚੈਨਾ ਵਾਲਿਆਂ ਦਾ ਵੀ ਸ਼ੁਕਰੀਆ ਦਾ ਕਰਦੇ ਆ ਕਿ ਆਪਣੀਆਂ ਵੀਡੀਓ ਦੇਖਦੇ ਆ ਉਹਨਾਂ ਨੂੰ ਵੀ ਉਹਨਾਂ ਦੇ ਅੱਗੇ ਵੀ ਇਹੀ ਬਾਰ-ਬਾਰ ਹਰ ਵੀਡੀਓ ਦੇ ਵਿੱਚ ਸ਼ੁਕਰੀਆ ਦਾ ਸਤਿ ਕਰੀਦੇ ਕਿਉਂਕਿ ਭਾਈ ਜੀ ਕਮੈਂਟ ਕਰਦੇ ਆ ਚੈਨਲ ਵਾਲੇ ਵੀ ਤੇ ਮੇਰੇ ਜਿਹੜੇ ਦੋਸਤ ਮੇਰੇ ਮਿੱਤਰ ਮੇਰੇ ਵੀਰ ਵੀ ਪਾਕਿਸਤਾਨ ਤੋਂ ਕੋ 사ਉਦੀਆ ਦੁਬਈ ਗਏ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ ਵੀ ਕੱਲ ਵੀ ਕੱਲ ਵਾਲੀ ਵੀਡੀਓ 'ਚ ਵੀ ਭਾਈ ਜੀ ਦੇ ਸਰਾਤੀ ਫੇਰ ਕਮੈਂਟ ਆਇਆ ਤੇ ਉਸ ਵਾਸਤੇ ਭਾਈ ਜੀ ਅੱਜ ਦੁਬਾਰਾ ਤੁਹਾਨੂੰ ਦੱਸਦਾ ਪਿਆਵਾ ਤੇ ਆਓ ਚੱਲਦੇ ਅੱਗੇ ਹਾਂ अच्छा मेरे दोस्त मेरे मित्र मेरीयां जेड़ियां नवियां वीडियो ਵੇਖਦੇ ਬਾਈ ਜੀ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਬਾਈ ਜੀ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਕਮੈਂਟ ਦੇ ਵਿੱਚ ਸਲਾਦਾ ਹਜ਼ਾਰ ਲਾਜ਼ਮੀ ਦੱਸਿਓ ਜਿਹੜੇ ਮੇਰੇ ਦੋਸਤ ਮੇਰੇ ਵੀਰ ਮੇਰੇ ਭਰਾ ਮੇਰੇ ਮਿੱਤਰ ਚਾਹੇ ਚੜਦੇ ਪੰਜਾਬ ਦੇ ਆ ਚਾਹੇ ਲੈਂਦੇ ਪੰਜਾਬ ਦੇ ਆ ਚਾਹੇ ਗੈਰ ਮੁਲਕਾਂ ਚੋਂ ਗਏ ਹੋਇਆ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਲਾਈਕ ਵੀ ਕਰ ਲੋ ਫੋਲੋ ਵੀ ਕਰ ਲੋ ਕਮੈਂਟ ਦੇ ਵਿੱਚ ਸਲਾਹ ਦਾ ਹਜ਼ਾਰ ਲਾਜ਼ਮੀ ਦੱਸਿਓ ਤੇ ਹਲਕਾ ਜਿਹਾ ਬਾਈ ਜੀ ਚੈਨਲ ਬੈਲ ਦਾ ਸੌਰੀ ਬੈਲ ਦਾ ਵੀ ਬਟਨ ਦਬਾ ਦਿਓ ਕਿਉਂਕਿ ਜਿਹੜੀ ਵੀ ਵੀਡੀਓ ਮੈਂ ਬਣਾ ਉਹ ਤੁਹਾਡੇ ਤਿੱਕਰ ਆਉਂਦੀ ਰਹੇ ਤੇ ਆਓ ਚੱਲਦੇ ਅੱਗੇ ਅੱਛਾ ਆ ਤਾਂ ਆਪਾਂ ਕੀਤੀ ਸੀ ਵੀ ਸਪਰੇ ਕੋਸ਼ਤਾਂ ਵੀ ਗੰਦ ਨੂੰ ਅਟੈਕ ਹੋ ਗਿਆ ਵਾ ਵੀ ਹੁਣ ਸ਼ੁਰੂ ਹੋ ਗਿਆ ਕੁ ਸੁੱਕ ਵੀ ਗਿਆ ਵਾ ਦੇ ਕੁਛ ਥੋੜਾ ਜਿਹਾ ਮਰਜਾਇਆ ਪਿਆ ماں ਬੋਲੀ ਪੰਜਾਬੀ ਦੇ ਵਿੱਚ ਮਰਜਾਇਆ ਜਾਂ ਕਿਨੂੰ ਕਿਹਾ ਜਾਂਦਾ ਵੀ ਯਾਨੀ ਕਿ ਅੱਧਾ ਸੁੱਕਾ ਤੇ ਅੱਧਾ ਕਿ ਯਾਨੀ ਕਿ ਹਰਾਵਾ ਉਹ ਇਸ ਤਰੀਕੇ ਨਾਲ ਹੋਇਆ ਪਿਆ ਤੇ ਅੱਲਾ ਦੇ ਫਜ਼ਲ ਨਾਲ ਅੱਲਾ ਦੇ ਕਰਮ ਨਾਲ ਅਲਹਮਦੁਲਿਲਾ ਦੇਖੋ ਨਾ ਮਾਸ਼ਾਅੱਲਾ ਵੀ ਜਿਹੜੀ ਸਪਰੇ ਆ ਉਹ ਤਾਂ ਵੀ ਸੋਹਣਾ ਅੱਛਾ ਅਟੈਕ ਕਰ ਗਈ ਗੰਦ ਦੇ ਉੱਤੇ ਤੇ ਇਹ ਕੁਛ ਜਿੱਥੇ ਵੀ ਨਹੀਂ ਸਪਰੇ ਵਜੀ ਉਹ ਕੁਛ ਉਦਾਂ ਹੀ ਆ ਵੀ ਨਹੀਂ ਸੁੱਕਿਆ ਜਾਂ ਸੜਿਆ ਹੋਇਆ ਤੇ ਜਿੱਥੇ-ਜਿੱਥੇ ਵੱਜੀ ਹੋਈ ਆ ਉਥੇ ਵੀ ਨਾ ਕਾਫੀ ਜ਼ਿਆਦਾ ਹੀ ਫਰਕ ਪੈ ਗਿਆ ਤੇ ਨਹੀਂ ਤਾਂ ਆਪ ਤਾਂ ਗੋਡੀ ਕਰ ਕਰਕੇ ਵੀ ਇਨ ਰਾਜਣਾ ਸੀਗਾ ਤੇ ਖੇੜਾ ਪਾ ਆਪਣੀ ਲੇਟ ਸੀ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੱਸਦਾ ਇਹਨਾਂ ਵੀਡੀਓ ਦੇ ਵਿੱਚ ਵੀ ਦੱਸਦਾ ਤੇ ਆਓ ਤੁਹਾਨੂੰ ਅੱਗੇ ਕੁਝ ਲੈ ਕੇ ਚੱਲਦੇ ਆਂ ਅੱਛਾ ਭਾਈ ਸਪਰੇਅ ਦਾ ਤਾਂ ਕੋਈ ਕਸੂਰ ਨਹੀਂ ਤੇ ਕਸੂਰ ਕੁਛ ਆਪਣਾ ਆਪਦਾ ਹੀ ਹੁੰਦਾ ਵਾ ਮੇਰੇ ਜੱਟਾਂ ਜ਼ਿੰਮੇਦਾਰਾਂ ਭਰਾਵਾਂ ਦਾ ਉਹ ਕਸੂਰ ਇਹੀ ਹੁੰਦਾ ਕਿ ਮੈਂ ਆਪਦੇ ਵੀਰਾਂ ਨੂੰ ਉਹ ਦਿਨ ਕਹਿੰਦਾ ਵੀਰਿਆ ਮੈਂ ਕਿਹਾ ਸਕੂਨ ਨਾ ਕਰੋ ਹੌਸਲੇ ਨਾ ਕਰੋ ਤਸੱਲੀ ਨਾ ਕਰੋ ਬਿਗੰਦ ਆਪਾਂ ਨੂੰ ਸੁੱਕਣਾ ਚਾਹੀਦਾ ਲੇਕਿਨ ਮੇਰੇ ਜਿਹੜੇ ਦੋਸਤ ਸੀ ਮੇਰੇ ਭਰਾ ਮੇਰੇ ਵੀਰ ਉਹ ਥੋੜੀ ਜੀ ਨਾ ਸਪੀਡ ਉਹਨਾਂ ਨੇ ਜ਼ਿਆਦਾ ਰੱਖੀ ਆ ਇਸ ਵਾਸਤੇ ਨਾ ਵੀ ਉਹ ਗੰਦ ਨਹੀਂ ਸੁੱਕਿਆ ਤੇ ਹੁਣ ਭਾਈ ਜੀ ਕੁਝ ਆਪਾਂ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਸਪਰੇ ਦੀ ਗੱਲ ਕਰਾਂ ਤਾਂ ਸਪਰੇ ਭਾਈ ਜੀ ਆਪਾਂ ਕੀਤੀ ਸੀ ਵੀ ਕੰਮ ਕੀਤੀ ਸੀਗੀ ਤਕਰੀਬਨ ਕੋਈ 120 ਸੀਸੀ ਜਾਂ 100 ਸੀਸੀ ਕਾਮ ਪਾਈ ਸੀ ਤੇ ਕੁਛ ਆਪ ਵਿੱਚ ਨਾ 30 ਸੀਸੀ ਜਿਹੜੀ ਆ ਉਹ ਗਲੈਫੋਸੈਟ ਪਾਈ ਸੀ ਗਲੈਫੋਸੈਟ ਦੇ ਇਹ ਫਾਇਦੇ ਆ ਕਿ ਚੌੜਾ ਪੱਤਾ ਹੋ ਗਿਆ ਏਟ ਸਟ ਹੋ ਗਈ ਵੀ ਜਿਹੜੀ ਵੀ ਚੌੜੇ ਪੱਤੇ ਤੋਂ ਕੋਈ ਜੜੀ ਬੂਟੀ ਹੁੰਦੀ ਆ ਉਹਨੂੰ ਸਕਾਰ ਦਿੰਦੀ ਆ ਕਾਮ ਦਾ ਇਹ ਫਾਇਦਾ ਕਿ ਬਰੂ ਹੋ ਗਿਆ ਢੀਲਾ ਜਾਂ ਮਧਾਣਾ ਜਾਂ ਖੱਬਲ ਜਾਂ ਸਵਾਕੀ ਕਾ ਜਿਹੜਾ ਕਿਹਾ ਜਾਂਦਾ ਮਾਂ ਬੋਲੀ ਪੰਜਾਬੀ ਦੇ ਵਿੱਚ ਕਾਮ ਦੇ ਇਹਦੇ ਫਾਇਦੇ ਹੁੰਦੇ ਕਿ ਕਾਮ ਉਹਨੂੰ ਸਕਾਰ ਦਿੰਦੀ ਆ ਤੇ ਇਸ ਵਾਸਤੇ ਆਪਾਂ ਤਾਂ ਦੋਸਤ ਪ੍ਰੇਮਾ ਹੀ ਲਾ ਕੇ ਕੀਤੀਆਂ ਸੀ ਇਸੇ ਵਾਸਤੇ ਕਿ ਹਰ ਜਿਹੜਾ ਨਾ ਬੀ ਗੰਦ ਨੂੰ ਰਿਜ਼ਲਟ ਦੇ ਜੀਵੇ ਤੇ ਉਹ ਵੀ ਖਾਲ ਖੂਦ ਪਾਵਾਂਗੇ ਤੇ ਉਸੇ ਤਰੀਕੇ ਨਾਲ ਵੀ ਛੇਤੀ ਅਟੈਕ ਕਰੇ ਵੀ ਅਟੈਕ ਕੀ ਵੀ ਫੌਰੀ ਲੱਗੇ ਕਾਨਕ ਨੂੰ ਸੋਰੀ ਕਪਾ ਨੂੰ ਲੱਗੇ ਤੇ ਕਪਾ ਜਿਹੜੀ ਆਪਣੀ ਤੁਰਪੇ ਕਪਾ ਆਪਣੀ ਕਾਸ਼ਤ ਆਪਣੀ ਲੇਟ ਤੇ ਆਉ ਤੁਹਾਨੂੰ ਕੁਝ ਅੱਗੇ ਵਿਜ਼ਿਟ ਕਰਾਉਣੇ ਕੁਸ਼ਤਾ ਵੀ ਮੇਰੇ ਵੀਰ ਮੇਰੇ ਭਰਾ ਮੇਰੇ ਦੋਸਤ ਵੀ ਨਾ ਇਹ ਬੰਨਾ ਕੱਢ ਦੇ ਪਿਆ ਬੰਨਾ ਕਾੜ ਦੇ ਕੀ ਪੈ ਬਣਾਉਂਦੇ ਪੀ ਵੀ ਪੈ ਮਾਂ ਬੋਲੀ ਪੰਜਾਬੀ ਦੇ ਵਿੱਚ ਕਿਆ ਜਾਂਦਾ ਵੀ ਖਿੱਚਦੇ ਵੀ ਪੈ ਬੰਨਾ ਖਿੱਚਣਾ ਜਾਂ ਕੱਢਣਾ ਜਾਂ ਬਣਾਉਣਾ ਗੱਲ ਤਾਂ ਭਾਈ ਜੀ ਇੱਕ ਹੀ ਆ ਤੇ ਲੇਕਿਨ ਇਹ ਆ ਕਿ ਕੱਲ ਆਪਾਂ ਨਹੀਂ ਸੀਗਾ ਇਹਨੂੰ ਬਣਾਇਆ ਤੇ ਅੱਜ ਬਣਾਉਨੇ ਆ ਉਹ ਦਿਖਾਉਨੇ ਆ ਬਲਕਿ ਭਾਈ ਜੀ ਆਪ ਤਾਂ ਆਪ ਹੀ ਬਣਾਉਣਾ ਸੀ ਲੇਕਿਨ ਆਪਣਾ ਅੱਜ ਕੈਮਰਾਮੈਨ ਹੈ ਕੋਈ ਨਹੀਂਗਾ ਤੇ ਇਸ ਵਾਸਤੇ ਸ਼ਾਇਦ ਮੇਰੇ ਕੋ ਵੀ ਨਾ ਬਣਾਇਆ ਜਾਵੇ ਲੇਕਿਨ ਤੁਹਾਨੂੰ ਨਜ਼ਦੀਕ ਕਰਕੇ ਦਿਖਾਉਣਾ ਜ਼ਰੂਰ ਗਾਲੇ ਮੇ ਆ ਕੇ ਭਾਈ ਜ਼ਿੰਮੇਦਾਰਾਂ ਦੇ ਤੇ ਕੰਮ ਇਦਾਂ ਹੀ ਹੁੰਦੇ ਆ ਬਿਨਾ ਕੋਈ ਖਾਦ ਕੋਈ ਬੀਜ ਕੋਈ ਜਨਾ ਬੜੀ ਸੁਹਾਗਾ ਕੋਈ ਬੰਨਾ ਵੀ ਜਿਹੜਾ ਵੀ ਕੰਮ ਹੁੰਦਾ ਵਾ ਉਹ ਜ਼ਿੰਮੇਦਾਰ ਮੇਰੇ ਦੋਸਤ ਮੇਰੇ ਭਰਾ ਉਹ ਤਾਂ ਕਰਦੇ ਹੀ ਰਹਿੰਦੇ ਆ ਤੇ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਕਰਦੇ ਹੀ ਰਹਿਣਾ ਮੈਂ ਯਾਨੀ ਕਿ ਵਡੇਰੇ ਬਜ਼ੁਰਗ ਵੀ ਇੰਨਾ ਕੰਮਾਂ ਚ ਚਲੇ ਗਏ ਤੇ ਆਪਾਂ ਵੀ ਇੰਨਾ ਕੰਮਾਂ ਚ ਚਲੇ ਜਾਣਾ ਵੀਡੀਓ ਭਾਈ ਜੀ ਇੱਥੇ ਖਤਮ ਕਰਦੇ ਪਏ ਭਾਈ ਜੀ ਆਪਣਾ ਖਿਆਲ ਰੱਖਣਾ ਦੁਆਵਾਂ ਚ ਮੈਨੂੰ ਯਾਦ ਰੱਖਣਾ ਅੱਲਾ ਫੇਜ਼